ਹਾਂਜੀ ਦੋਸਤੋ, ਤੁਹਾਡਾ ਸਵਾਗਤ ਹੈ ਯੂਟਿਊਬ ਚੈਨਲ 'ਤੇ। ਅਕੈਡਮਿਕ ਸਟੂਡੈਂਟਸ ਦੇ ਰੀਡਿੰਗ ਹੈ। ਸਭ ਤੋਂ ਪਹਿਲਾਂ ਜਿਹੜਾ ਪੈਸੇਜ ਆਫ ਦ ਡਾਇਰੈਕਟਰ ਨੇਮ ਹੈਗਾ, ਦ ਇਨੋਵੇਸ਼ਨ ਆਫ ਗਰੋਸਰੀ ਸਟੋਰਸ, ਇਸ ਦੇ ਵਿੱਚ 1 ਤੋਂ ਲੈ ਕੇ 5 ਤੱਕ ਜਿਹੜੇ ਕੁਸਚਨ ਹੋ, ਵਿੱਚ ਪੈਰਾਗ੍ਰਾਫ ਕੰਟੇਨ ਦੀ ਇਨਫੋਰਮੇਸ਼ਨ ਟਾਈਪ ਆ। ਨੈਕਸਟ 6 ਤੋਂ ਲੈ ਕੇ 10 ਤੱਕ ਬਲੈਂਕਸ ਆ, ਇਹਨਾਂ ਦੇ ਆਨਸਰ ਨੋ ਮੋਰ ਦੈਨ 2 ਵਰਡਸ ਦੇਣੇ ਆ। ਅਤੇ ਨੈਕਸਟ 11 ਤੋਂ ਲੈ ਕੇ 13 ਤੱਕ ਹੈ ਜਿਹੜੇ, ਇਹ ਐਮ ਸੀ ਕਿਊ ਟਾਈਪ ਆ। ਅਤੇ ਨੈਕਸਟ ਜਿਹੜਾ ਪੈਸੇਜ ਦਾ ਟਾਈਟਲ ਨੇਮ ਹੈਗਾ, ਦ ਸਟੱਡੀ ਆਫ ਜੈਪਨੀਜ਼ ਕਲਚਰ, ਇਸ ਦੇ ਵਿੱਚ 14 ਤੋਂ ਲੈ ਕੇ 18 ਤੱਕ ਵਿੱਚ ਪੈਰਾਗ੍ਰਾਫ ਕੰਟੇਨ ਦੀ ਇਨਫੋਰਮੇਸ਼ਨ ਟਾਈਪ ਕੁਸਚਨ ਹੈ। ਅਤੇ ਨੈਕਸਟ 19 ਤੋਂ ਲੈ ਕੇ 23 ਤੱਕ ਟਰੂ ਫਾਲਸ ਆਰ ਨੋਟ ਏ ਗਿਵਨ ਨਾ। ਅਤੇ ਨੈਕਸਟ 24 ਤੋਂ ਲੈ ਕੇ 27 ਤੱਕ ਜਿਹੜੇ ਆ ਇਹ ਕੁਸਚਨਸ ਆ, ਇਹਨਾਂ ਦੇ ਆਨਸਰ ਦੇਣੇ ਆ ਨੋ ਮੋਰ ਦੈਨ 2 ਵਰਡਸ। ਅਤੇ ਲਾਸਟ ਜਿਹੜਾ ਪੈਸੇਜ ਆ, ਇਸ ਦੇ ਵਿੱਚ 28 ਤੋਂ ਲੈ ਕੇ 32 ਤੱਕ ਸਟੇਟਮੈਂਟਸ ਦਿੱਤੀਆਂ ਹੋਈਆਂ, ਅਤੇ ਨਾਲ ਲਿਸਟ ਆਫ ਪੀਪਲਸ ਦਿੱਤੇ ਹੋਏ ਆ, ਇਹਨਾਂ ਨੂੰ ਮੈਚ ਕਰਨਾ ਸਟੇਟਮੈਂਟਸ ਨੂੰ ਲਿਸਟ ਆਫ ਪੀਪਲਸ ਦੇ ਨਾਲ। ਨੈਕਸਟ 36 ਤੋਂ ਲੈ ਕੇ 33 ਤੋਂ ਲੈ ਕੇ 36 ਤੱਕ ਬਲੈਂਕਸ ਆ, ਇਹਨਾਂ ਦੇ ਆਨਸਰ ਨੋ ਮੋਰ ਦੈਨ 2 ਵਰਡਸ ਦੇਣੇ ਆ। ਅਤੇ ਲਾਸਟ ਦੇ ਵਿੱਚ 37 ਤੋਂ ਲੈ ਕੇ 39 ਤੱਕ ਐਮ ਸੀ ਕਿਊ ਟਾਈਪ ਦੇ ਕੁਸਚਨ ਆ। ਚੈਨਲ 'ਤੇ ਨਵੇਂ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਵੀਡੀਓ ਨੂੰ ਲਾਈਕ ਕਰਦਿਆ ਕਰੋ, ਸ਼ੇਅਰ ਕਰਦਿਆ ਕਰੋ। ਅਤੇ ਹੁਣ ਆਪਾਂ ਰੀਡਿੰਗ ਸਟਾਰਟ ਕਰਦੇ ਹਾਂ।